Oh, wow. गंड के देखो आए गंडो डांड आए डांड कटने जाइए हर एक को दे तड़के अतने ਰਾਤ ਨੂੰ ਔਖਾ ਹੋ ਜਾਣਾ ਜ਼ੋਰ ਬੜਾ ਲੱਗਦਾ ਦਾਰੂ ਆਪ ਜਾ ਤੂੰ ਕਹਿੰਦੇ ਤਾਂ ਬੈਡ ਤੇ ਪਿਆ ਨੀ ਜਾਂਦਾ ਦਾਰੂ ਨਾ ਤਾਂ ਨੀ ਪੈਂਦੀ ਤੇ ਹੋਰ ਕਿਤੇ ਦਾਰੂ ਨਾ ਤਾਂ ਨਾ ਪੈਂਦੀ ਹੁੰਦੀ ਹੋਰ ਸਹੀ ਦਾ ਕੰਮ ਬਾਲਾ ਨਾ ਜ਼ੋਰ ਲੱਗ ਜਾਂਦਾ ਕਤਰਾ ਮੈਨੂੰ ਜਦੋਂ ਮੈਨੂੰ ਆਈ ਨੀ ਪਤਾ ਵੀ ਧਰਨ ਪੈਂਦੀ ਕਿਵੇਂ ਆ ਤੇ ਮੈਨੂੰ ਲੋਟ ਹੋ ਕੇ ਪੈ ਜਾ ਕਰ ਕਦੇ ਪੁੱਠਾ ਹੋ ਗਿਆ ਕਦੇ ਸਿੱਧਾ ਹੋ ਗਿਆ ਫਿਰ ਪੁੱਠਾ ਦੇਦੇ ਮੈਂ ਔਖਾ ਹੁੰਦਾ ਤੇਰੀ ਮਾਂ ਬੈਠੀ ਜਿਹੜੀ ਮੇਰੀ ਸੱਸ ਬੈਠੀ ਆ ਉਹ ਕਰ ਲੂਗੀ ਮੈਨੂੰ ਨੀ ਪਤਾ ਯਾਰ ਮੈਥੋਂ ਨੀ ਇਹੋ ਜਿਹੇ ਪੰਗੇ ਹੁੰਦੇ ਹੈਗੇ ਠੀਕ ਆ ਨਾ ਚੁੱਪ ਕਰਕੇ ਉੱਠ ਕੇ ਬਹਿ ਜਾ ਨਿਕਲ ਜੂ ਦਾਬ ਜੀ ਦੇ ਪੂਰੀ ਮੈਂ ਆਪਦੇ ਆਪ ਜਾਏਗਾ ਨਾਲੇ ਧਰਨ ਕਢਾਈ ਆਥਣੇ ਤੇ ਨਾਲੇ ਹੋਰ ਬੋਤਲ ਫੜ ਲਈ ਚੰਗਾ ਉਦੋਂ ਕਿਵੇਂ ਨਿਕਲੂਗੇ ਤੇ ਬੋਤਲ ਪੀ ਲਈ ਫਿਰ ਨਾ ਪਹਿਲਾਂ ਸੰਭਾਲ ਫਿਰ ਜਾਏਗਾ ਤਾਂ ਹੈਗਾ ਨਾ ਫਿਰ ਤਾਂ ਤੁਰਨਾ ਆਜੂਗਾ ਲੋਟ ਹੋ ਕੇ ਪੈ ਜਾ ਕਿ ਮੈਂ ਲੱਤਾਂ ਨੂੰ ਸਾੜ ਕੇ ਸਾਰੇ ਪਿੰਡ ਤੇ ਫੈਲ ਰਿਹਾ ਗਾ ਹੁਣ ਲੋਟ ਹੋ ਕੇ ਪਿਆ ਹੋਰ ਕਿਵੇਂ ਪੈਂਦੇ ਨੇ ਪੈਣਾ ਲੈ ਮੈਂ ਤਾਂ ਐਂ ਹੋ ਕੇ ਪੈ ਜਾਂਦਾ ਮੈਂ ਤਾਂ ਕਿਧਰ ਨੀ ਪੈਣਾ ਹੈਗਾ ਮੇਰੇ ਤਾਂ ਇਹੋ ਜਿਹਾ ਕੰਮ ਪਏ ਨੇ ਕਰ ਲਾ ਆਰਾਮ ਕਰ ਲਾ ਬਾਈ ਥੜੀ ਆਖੇ ਵੀ ਨਹੀਂ ਨਲਦੀ ਉਹ ਇਹੀ ਜੀ ਤੀਵੀਂ ਵੀ ਨਾ ਰੱਬ ਦੇਵੇ ਦੇਵੇ ਤਾਂ ਚੱਜ ਦੀ ਦੇਵੇ ਐਡੀ ਸੜੀ ਤੀਵੀਂ ਕਿਹੜੇ ਬੰਦੇ ਦਾ ਦੁੱਖ ਵੀ ਨੀ ਸੁਣ ਸਕਦੇ ਅੱਜ ਤਾਂ ਹੈ ਨੀ ਗਾ ਉਹ
ਵਧੀਆ ਮੌਕਾ ਹੈਗਾ। ਭਾਬੀ ਕਿੱਥੇ ਆ? ਖੜਕਾ ਜਾ ਤਾਂ ਉਹ ਮਸ਼ੀਨ ਕੋਲ ਕੱਪੜੇ ਜੇ ਧੋਈ ਜਾਂਦੀ ਆ। ਮੈਂ ਆਉਂਦਾ ਮੇਰੇ ਕੋਲ ਜਾਂਦਾ ਉੱਥੇ ਹੈਗਾ, ਕੀ ਗੱਲ ਆ? ਦੇਖੀਏ ਨਾ ਅੱਜ ਪੁੱਛ ਕੇ ਦੇਖਦੇ ਹਾਂ। ਦੇਖੀ ਨਾ ਸੱਜਰਾ ਆਉਂਦਾ ਮੇਰੇ ਕੋਲ ਆ, ਬਾਹਰ ਉਹਦੇ ਕੋਲ ਜਾਂਦਾ, ਪਤਾ ਨਹੀਂ ਕੀ ਉਹਦੇ ਕੋਲ ਰੱਖਿਆ। ਬਸ ਯਾਰ ਮੇਰੀ ਬਹੂ ਨੂੰ ਕਿਵੇਂ ਰੋਜ਼ ਆਉਂਦਾ ਮੇਰੀ ਬਹੂ ਕੋਲ, ਆ ਜਾਂਦਾ ਮੇਰੇ ਕੋਲ, ਖੜਦਾ ਉਹਦੇ ਕੋਲ, ਪਤਾ ਨਹੀਂ ਕੀ ਗੱਲ। ਕੋਈ ਗੱਲ ਹੋਰ ਨਾ ਹੋਵੇ ਕਿਤੇ, ਇਹਨਾਂ ਹੀ ਬਿੜਕਦਾ ਲੱਗਿਆ ਯਾਰ ਆਪਾਂ ਉਹਲੇ ਉੱਲੇ ਖੜਕੇ ਕਿਤੇ ਨਾ ਬੋਚ ਕੇ ਕਿ ਮੈਂ ਖੜੇ ਹਾਂਗੇ। ਹੱਥ ਫੜੀ ਖੜਿਆ ਹੁਣ ਕਰਗੇ ਕੀ ਜੇ ਹੁਣ ਮਾਰਦੇ ਆ ਲੜਦੇ ਆ ਤਾਂ ਵੀ ਲੋਕ ਪੜਾ ਲੈਣਗੇ, ਲਾਖੂ ਵੀ ਲੜਦੇ ਆ, ਦੋਨੇ ਇਕੱਠੇ ਰਹਿੰਦੇ ਸੀਗੇ। ਇਹ ਤਾਂ ਕੰਮ ਖਰਾਬ ਕਰੀ ਜਾਂਦਾ ਨਾ। ਹੁਣ ਤੈਨੂੰ ਡਰਨ ਲੱਗਣ ਲੱਗ ਗਿਆ ਯਾਰ। ਮੇਰੀ ਗੱਲ ਸੁਣ, ਊਂ ਤਾਂ ਚੱਲ ਐਂ ਹੁੰਦਾ ਗਾ ਵੀ ਕਈ ਵਾਰੀ ਉਹਦੀ ਪੀਤੀ ਹੁੰਦੀ ਆ, ਨਹੀਂ ਪਤਾ ਲੱਗਦਾ, ਤੇ ਹੁਣ ਤਾਂ ਉਹ ਸੋਖੀ ਬੈਠਾ। ਤੂੰ ਮੈਨੂੰ ਯਾਰ ਪਤਾ ਤੇਰੀ ਕਿੰਨੀ ਯਾਦ ਆਈ ਜਾਂਦੀ ਸੀ, ਮੈਥੋਂ ਰਿਹਾ ਨਹੀਂ ਗਿਆ। ਚੰਗਾ ਤੂੰ ਖੜ ਕੇ ਗੱਲਾਂ ਕਰ ਲਾ, ਤੂੰ ਹੱਥ ਨਾ ਲਾ ਮੈਨੂੰ। ਜੇ ਉਹਨੇ ਦੇਖ ਲਿਆ ਤੈਨੂੰ ਪਤਾ ਗਾ ਉਹਨੇ ਰਾਈ ਦਾ ਪਹਾੜ ਬਣਾ ਦੇਣਾ। ਹੱਥ ਲਾਉਣ ਨੂੰ ਯਾਰ ਐਂ ਕੀ, ਉਹਨੂੰ ਕੀ ਪਤਾ ਲੱਗਦਾ ਯਾਰ ਬੌਂਦਲੇ ਨੂੰ? ਉਹ ਤਾਂ ਡੱਕਿਆ ਦਾ ਪੈਰ ਹੈ, ਉਹਨੂੰ ਤਾਂ ਕੁਛ ਨਹੀਂ ਪਤਾ ਲੱਗਦਾ। ਉਹ ਡੱਕੇ ਪੈ ਦੀ ਹੋਏ ਤਾਂ ਸੁਰ ਤੇ ਮੇਰੇ 'ਚ ਹੀ ਹੁੰਦੀ ਆ। ਮੈਂ ਤੈਨੂੰ ਕੀ ਕਹਿੰਦਾ ਸੀ, ਮੈਂ ਭੱਜ ਚੱਲਦੇ ਯਾਰ ਆਪਾਂ, ਮੈਂ ਮੇਰੇ ਤੋਂ ਤੇਰੇ ਬਿਨਾਂ ਨਹੀਂ ਰਿਹਾ ਜਾਂਦਾ ਯਾਰ। ਉਹ ਯਾਰ ਆਪਾਂ ਭੱਜ ਕੇ ਕੀ ਕਰਨਾ ਗਾ, ਇੱਥੇ ਕਿਹੜਾ ਆਪਾਂ ਨੂੰ ਕੋਈ ਰੋਕ ਟੋਕ ਹੈਗੀ? ਪਹਿਲਾਂ ਮੈਨੂੰ ਐਂ ਦੱਸ ਤੂੰ। ਉਹ ਰੋਕ ਟੋਕ ਤਾਂ ਨਹੀਂ ਯਾਰ, ਹੁਣ ਐਂ ਚੋਰੀ ਚੋਰੀ ਕਿੱਥੇ ਕੁਛ ਹੁੰਦਾ ਗਾ, ਕਾਲੀ ਕਾਲੀ ਚੋਰ ਨਹੀਂ ਮਿਲਿਆ ਜਾਂਦਾ। ਮੇਰੀ ਗੱਲ ਤਾਂ ਸੁਣ ਲਾ, ਨਾ ਤਾਂ ਉਹਨੂੰ ਦਿਨ ਦਾ ਪਤਾ, ਨਾ ਉਹਨੂੰ ਰਾਤ ਦਾ ਪਤਾ, ਉਹ ਤਾਂ ਸੁੱਤੇ ਹੀ ਰਹਿੰਦਾ ਗਾ 24 ਘੰਟੇ। ਜੇ ਕਿਤੇ ਰਾਤ ਨੂੰ ਉਹਨੇ ਮੈਨੂੰ ਫੜ ਲਿਆ ਤੇਰੇ ਨਾਲ, ਫੇਰ ਫਾਨਾ ਹੋ ਜਾਊਗਾ ਤਾਂ? ਕਿਵੇਂ ਫੜ ਲੂਗਾ? ਕਿਉਂ ਲੁੱਟ ਪੈਂਦੀ ਕਿ ਫੜ ਲੂਗਾ ਆਪਾਂ ਨੂੰ? ਉਹ ਐਂ ਡਰ ਡਰ ਕੇ ਯਾਰ ਸਵਾਜ ਆਉਂਦਾ ਨਹੀਂ ਗਾ, ਨਾ ਕੋਈ 2 ਮਿੰਟ ਦਿਲ ਦੀਆਂ ਗੱਲਾਂ ਹੁੰਦੀਆਂ ਨੇਗੀਆਂ, ਡਰ ਡਰ ਚ ਆਉਣਾ ਗਾ ਤੇ ਡਰ ਡਰ ਚ ਹੀ ਵਗ ਜਾਂਦਾ ਗਾ। ਐਂ ਥੋੜ੍ਹੀ ਵੀ ਨਚੱਤਾ ਮਿਲ ਪਊਗਾ। ਭੱਜ ਕੇ ਕਰਾਉਣਾ ਵੀ ਕੀ ਹੈ ਯਾਰ, ਮੈਂ ਤਾਂ ਤੁਹਾਨੂੰ ਆਏ ਕਿ ਆਪਣੇ ਅੱਲੇ ਬੱਲੇ ਕੁਛ ਹੈਗਾ ਜਿਹੜਾ ਭੱਜ ਕੇ ਆਪਾਂ ਤੋਂ ਕੀ ਕਰਾਂਗੇ ਜਾ ਕੇ ਭੱਜ ਕੇ? ਬਸ ਯਾਰ ਭੱਜ ਕੇ ਕੁਛ ਨਹੀਂ, ਕੋਈ ਹੱਲ ਨਹੀਂ ਹੁੰਦਾ ਹੈਗਾ। ਹੁਣ ਤੂੰ ਆਏ ਕਰ ਖੰਡ ਬਣ ਕੇ ਨਾ ਭੱਜ ਜਾ। ਉਹ ਯਾਰ ਹੁਣ ਤਾਂ 2 ਮਿੰਟ ਹਲੇ ਆਇਆ ਸੀ, 2 ਮਿੰਟ ਨਹੀਂ, ਉਹ ਘਰੇ ਆਗਾ ਜਦੋਂ ਸ਼ਾਮ ਨੂੰ ਕਿਧਰੇ ਗਿਆ ਗਾ, ਤੈਨੂੰ ਪਤਾ ਲੱਗ ਜਾਊਗਾ। ਉਹ ਇੱਧਰ ਕਿਹੜਾ ਕੋਈ ਆਉਂਦਾ, ਉਹ ਵੀ ਡਰੀ ਜਾਂਦੀ ਹੈ। ਨਹੀਂ ਮੈਨੂੰ ਨਹੀਂ ਪਤਾ ਹੈਗਾ ਕਿ ਤੂੰ ਜਾ ਤੇ ਨੇੜੇ ਕੇ ਨਹੀਂ, ਨਾ ਉਹਨੂੰ ਦਿਨ ਦਾ ਪਤਾ ਨਾ ਰਾਤ ਦਾ, ਤੇ ਹੁਣ ਤੂੰ ਆਪ ਹੀ ਡਰੀ ਜਾਂਦੀ ਹੈ। ਹੁੰਦਾਗਾ ਉੱਠ ਕੇ ਜੇ ਇੱਧਰ ਆ ਗਿਆ ਕਹੂਗਾ ਵੀ ਹਜੇ ਤੱਕ ਇੱਧਰ ਆਈ ਨਹੀਂ, ਕੀ ਕਰੀਏ? ਚੱਲ ਐਂ ਕਰ ਹੁਣ ਤੂੰ ਕਿੱਕੂ ਭੱਗ ਜਾ, ਠੀਕ ਹੈ ਨਾ, ਤੂੰ ਸ਼ਾਮ ਨੂੰ ਆ ਜਾਈਂ। ਉਹ ਯਾਰ ਰਾਤ ਹੀ ਰਾਤ ਫੋਨ ਕਰਨਾ ਭੁੱਲ ਗਈ, ਕਹਿ ਦਿੰਦੀ ਆ ਸ਼ਾਮ ਨੂੰ ਆ ਜਾ। ਰਾਤ ਭੁੱਲੀ ਨਹੀਂ ਹੈਗੀ, ਫੋਨ ਕਰਨਾ ਸੱਜਣਾ ਸੋਇਆ ਹੀ ਨਹੀਂ ਹੈਗਾ, ਦਾਰੂ ਪੀਤੀ ਸੀ ਉਹਦੇ ਹੁਣ ਮੈਂ ਬਣਾਉਂਗਾ ਅੱਜੀ ਹੁਣ ਜਾਣ ਕੇ। ਨਹੀਂ ਬਾਲੇ ਬਣਾਉਂਦੀ ਯਾਰ, ਚੰਗਾ ਹੁਣ ਤੂੰ ਜਾ ਸ਼ਾਮ ਨੂੰ ਫੋਨ ਕਰ, ਪੱਕਾ ਕਰਦੀ। ਚੰਗਾ ਹੋ ਕੀ ਕਰੀ ਜਾਂਦੀ ਆ?
ਉਸ ਨੇ ਮਸ਼ੀਨ ਲੋਡ ਕਰਦੇ ਸੀ ਕਿਉਂ ਤੇ ਗੱਲਾਂ ਕੀ ਕਰੀ ਜਾਂਦੀ ਸੀ ਕੀ ਆਉਂਦਾ ਮੇਰੇ ਕੋਲੇ ਖੜ ਤੇਰੇ ਕੋਲੇ ਜਾਂਦਾ ਕੀ ਓਹੋ ਗੱਲ ਤਾਂ ਸੁਣ ਲੈ ਕੀਪੂ ਨਾਲ ਮੈਂ ਕੋਈ ਗੱਲਾਂ ਨਹੀਂ ਕਰਦੀ ਸੀ ਕੀਪੂ ਨੂੰ ਤਾਂ ਮੈਂ ਬੁਲਾਇਆ ਸੀਗਾ ਉਹ ਵੀ ਥੋੜੀ ਆਇਆ ਸੀ ਆਪਣੀ ਉਹ ਮੋਟਰ ਖਰਾਬ ਹੋ ਰਹੀ ਸੀ ਮੈਂ ਆਖਾ ਮੈਂ ਚੱਲ ਕੀਪੂ ਨੂੰ ਫੋਨ ਕਰਤਾ ਮੈਂ ਆਖਾ ਵੀ ਆ ਕੇ ਜਾਈ ਘਰੇ ਮੈਂ ਜਿਹੜਾ ਤੁਹਾਡਾ ਗੁਆਂਢੀ ਮਿਸਤਰੀ ਆ ਮੈਂ ਉਹਨੂੰ ਭੇਜ ਦੀ ਮੈਂ ਉਹਨੇ ਮੋਟਰ ਦੇਖ ਜੂਗਾ ਐਂ ਕਿਹਾ ਸੀਗਾ ਗੱਲਾਂ ਮੈਂ ਤੁਹਾਡੀ ਸਾਰੀਆਂ ਸੁਣ ਲਈਆਂ ਮੈਂ ਇੱਥੇ ਖੜਿਆ ਸੀ ਤੂੰ ਆਖੇ ਜਾਂਦੇ ਭਾਜ ਜਾਂਦੇ ਭੱਜ ਲਿਆ ਕਰ ਮੈਂ ਵੀ ਕਹਿੰਦਾ ਭੱਜਣ ਜਾਂਦਾ ਹੁੰਦਾ ਗਾ ਤੇ ਮੈਂ ਆਖਾ ਮੈਂ ਹਾਂ ਇਹ ਤਾਂ ਗੱਲ ਸਹੀ ਆ ਕਹਿੰਦਾ ਰੇਸ ਲਾ ਲਿਆ ਕਰ ਮੇਰੇ ਨਾਲ ਭੱਜ ਲਿਆ ਕਰ ਆਹ ਗੱਲ ਕਿਹਾ ਸੀ ਹੋਰ ਤੂੰ ਤੂੰ ਹੀ ਦਿਮਾਗ ਪੁੱਠਾ ਚੱਲਦਾ ਗਾ ਤੈਨੂੰ ਨਾ ਜੰਮੀ ਲੈ ਕੇ ਭਾਜੇ ਕਿਤੇ ਮੈਂ ਸੁੱਤਾ ਪਈ ਰਹਿ ਜਾਂ ਤੜਕੇ ਚਾਰ ਵਜੇ ਰੇਸ ਚਾਰ ਵਜੇ ਲੱਗੂਗੀ ਹੋਰ ਮੈਂ ਕੀ ਭਾਲਦੀ ਆ ਇਹ ਤਾਂ ਚਾਰ ਵਜੇ ਲੈ ਆਊਗਾ ਤੈਨੂੰ ਚਾਰ ਵਜੇ ਆਉਂਦੇ ਦੇਖ ਲੈ ਕੀ ਕਹਿੰਦੀ ਆ ਕਿ ਮੈਂ ਹੋਰ ਕੀ ਭਾਲ ਓਹੋ ਮੈਂ ਐਂ ਕਹਿੰਦੀ ਮੈਂ ਹੋਰ ਕੀ ਭਾਲਦੀ ਆ ਵੀ ਚਾਰ ਵਜੇ ਰੇਸ ਲਾਇਆ ਕਰੂੰਗੀ ਤੂੰ ਇੰਨਾ ਕਿਉਂ ਪੁੱਛਾ ਚੱਲਦਾ ਹੁੰਨਾਗਾ ਤੇ ਚਾਰ ਵਜੇ ਦੁਨੀਆਂ ਸਾਰੇ ਸੁੱਤੀ ਪਈ ਹੁੰਦੀ ਆ ਕਿ ਜਿੰਨੇ ਰੇਸ ਲਾਉਣ ਜਾਂਦੇ ਆ ਭੱਜਣ ਜਾਂਦੇ ਆ ਸਨੇਹਾਂ ਸਨੇਹਾਂ ਜਾਂਦੇ ਉਦੋਂ ਮਸ਼ੀਨਰੀ ਨਹੀਂ ਚੱਲਦੀ ਹੁੰਦੀ ਸਾਰੀ ਗੱਲਾਂ ਸਾਰੀਆਂ ਮੋਬਾਇਲ ਚ ਵੀ ਭਰ ਬਸ ਤੂੰ ਰਹਿਣ ਦਿਆ ਕਰ ਸੁਰਤ ਤੈਨੂੰ ਰਹਿੰਦੀ ਨੀ ਹੈਗੀ ਇਹੋ ਜਿਹੇ ਤੈਨੂੰ ਚੋਜ ਕਰਨ ਵਾਲੇ ਆਉਂਦੇ ਹੈਗੇ ਹਨ ਲੁਕ ਲੁਕ ਕੇ ਗੱਲਾਂ ਸੁਣਨੀਆਂ ਤਾਂ ਉਹਦੀ ਦੇਖ ਲੈ ਨਾ ਤੇਰੇ ਵਰਗੇ ਨੂੰ ਕੰਮ ਦੀ ਗੱਲ ਤਾਂ ਤੇਤੋਂ ਕੋਈ ਕੰਮ ਦਾ ਹੁੰਦਾ ਨਹੀਂ ਹੈਗਾ ਤੇਤੋਂ ਆਹ ਤੂੰ ਬੈਠ ਕੇ ਕਰ ਲੋ ਬਥੇਰਾ ਤਕੜਾ ਤੂੰ ਨਾ ਮੈਂ ਬੈਠ ਕੇ ਕਰਨਾ ਨਹੀਂ ਤੂੰ ਲੁਕ ਲੁਕ ਕੇ ਕੀ ਦੇਖਦਾ ਤਾਂ ਮੈਨੂੰ ਕਿੰਨੀਆਂ ਗੱਲਾਂ ਦਾ ਤੂੰ ਕਰਦੀ ਤੂੰ ਨਾ ਚੁੱਪ ਕਰਕੇ ਟਕਿਆ ਰਹਿ ਰਹਿਣ ਦੇ ਐਵੇਂ ਨਾ ਮੈਂ ਤਾਂ ਫਿਰ ਕੋਲ ਖੜਾ ਲਈ ਆਪਦੀ ਕੋਲ ਨੂੰ ਕੀ ਕਰੇਗੀ ਤੂੰ ਕਰਦਾ ਨਹੀਂ ਕੱਤਰਦਾ ਨਹੀਂ ਹੈਗਾ ਕੁਛ ਜਿਵੇਂ ਉਹਨੂੰ ਕੰਮ ਤੋਂ ਬੁਲਾ ਲਿਆ ਦੂਆ ਗਾਲ ਬੋਲਦੀ ਬਸ ਹੋਰ ਤਾਂ ਕਸ ਹੁੰਦਾ ਕਰਦਾ ਨਹੀਂ ਤੇਤੋਂ ਇਹੀ ਕੰਮ ਜੋ ਕਰਾਂਗਾ ਗਾਲ ਕੋਲ ਕਿਉਂ ਕਰਦਾ ਕੀ ਨਹੀਂ ਰਾਤ ਨੂੰ ਵੀ ਮੈਂ ਤਿੰਨ ਦਿਨ ਦਾ ਸੁੱਤਾ ਪਿਆ ਜਾਣ ਕੇ ਘਰਾੜੇ ਮਾਰਦਾ ਉਹਨਾਂ ਪਿਆ ਜਾਗਦਾ ਲੈਣਾ ਤੂੰ ਸੋਵੇ ਚਾਹੇ ਜਾ ਕੇ ਮੈਨੂੰ ਤਾਂ ਕੋਈ ਫਰਕ ਨੀ ਪੈਂਦਾ ਹੈਗਾ ਤੈਨੂੰ ਐ ਮੈਂ ਭਾਜ ਤੂੰ ਰਹਿਣ ਦਿਆ ਕਰ ਤੂੰ ਨਾ ਇਹ ਜੀਆਂ ਗੱਲਾਂ ਕਰਿਆ ਕਰ ਹਾਂ ਇਹ ਜੇ ਕਰੀ ਜਾਂਦਾ ਨਾ ਇੱਕ ਦਿਨ ਤੈਨੂੰ ਭੱਜ ਕੇ ਦਿਖਾ ਦੂੰਗਾ ਲੱਤਾਂ ਤੋੜ ਦੂੰ ਮੈਂ ਬਾਲਾ ਕਰਦੀ ਆ ਕਿ ਜਾਏਗਾ ਚੰਗਾ ਤੂੰ ਆਪਦਾ ਕੰਮ ਕਰ ਲੈ ਜਿਹੜਾ ਕਰ ਦਾਂਗਾ ਲਾ ਕੰਮ ਚਾ ਸੁਣਾ ਲਾ ਮੋਟਰ ਕੋਈ ਗੱਲ ਨਹੀਂ ਮੈਂ ਕਹਿਤਾ ਉਹਨੂੰ ਆਪੇ ਸੁਣਾ ਦੂਗਾ ਕੋਈ ਨਹੀਂ ਅੱਗੇ ਕਿਹੜਾ ਤੂੰ ਹੀ ਕਰ ਦਾਂਗਾ ਤੇ ਮੈਂ ਕਹਿਣ ਨਹੀਂ ਜਾਣਨਾ ਗੱਲਾਂ ਦੇ ਕਰਦੀ ਸੱਜਰਾ ਇੱਥੇ ਖੜਾ ਸੀਗਾ ਸ਼ੁਕਰ ਆ ਮੈਨੂੰ ਮਾੜਾ ਮੋਟਾ ਦਿਮਾਗ ਚ ਆਉੜਗੀ ਮੇਰੇ ਵੀ ਆਏ ਕਿ ਨਾ ਵੀ ਰੇਸ ਲਾਉਣ ਜਾਣ ਨੂੰ ਭੱਜਣ ਨੂੰ ਪੈਂਦਾ ਸੀਗਾ ਇਹ ਤਾਂ ਬੜਾ ਖਰਾਬ ਆ ਗਾ ਲੁਕ ਲੁਕ ਕੇ ਗੱਲਾਂ ਸੁਣਦਾ ਗਾ ਮੈਨੂੰ ਇਦੋਂ ਵੱਧ ਨਾ ਸਾਵਧਾਨੀ ਨਾਲ ਰਹਿਣਾ ਪੈਣਾ ਗਾ ਜਦੋਂ ਇਹ ਘਰੇ ਹੋਊਗਾ ਕੋਈ ਗੱਲ ਨੀ ਇਹ ਜੀ ਉਹਦੇ ਨਾਲ ਮੈਂ ਕਰਨੀ ਹੈਗੀ ਦੂਰ ਹੋ ਕੇ ਖੜ ਕੇ ਗੱਲ ਕਰੂੰਗੀ ਬਾਕੀ ਤੁਹਾਨੂੰ ਮੈਂ ਕਹੀ ਦਿੱਤਾ ਵੀ ਇਹਦੇ ਹੁੰਦੇ ਤਾਂ ਤੂੰ ਨਾ ਹੀ ਇੰਨਾ ਆਇਆ ਕਰ ਸਾਡੇ ਘਰੇ ਫੋਨ ਤਾਂ ਕਰਤਾ
ਸੌਂ ਗਿਆ ਰਾਜਾ ਜੀ। ਉਹ ਰੱਬ ਦੇ ਬੰਦਿਆ ਸੁੱਤਾ ਹੀ ਪਿਆ ਗਾ, ਕਿਤੇ ਸਵੇਰ ਵਾਂਗੂ ਢੰਗ ਜੇ ਤਾਂ ਨੀ ਕਰੀ ਜਾਂਦਾ। ਹਿਲਾ ਕੇ ਦੇਖਾਂ ਸਮਾਰ ਕੇ, ਬੋਲਦੇ ਨੀ। ਸੌਂ ਗਿਆ, ਸੁੱਤਾ ਪਿਆ ਗਾ। ਇਹ ਕਿੱਥੋਂ ਉੱਠਦਾ ਗਾ, ਇਹ ਕਿਹੜੇ ਇੱਕ ਅੱਧੀ ਬੋਤਲ ਪੀਂਦਾ, ਦੋ ਪੀਂਦਾ ਇਕੱਠੀਆਂ। ਕਿੰਨਾ ਟਾਈਮ ਹੋ ਗਿਆ ਦੇਖੀ ਫੋਨ ਕਰੇ ਨੂੰ, ਸੌਂ ਗਿਆ। ਹੁਣ ਕਦੋਂ ਦੀ ਉਠਾਈ ਜਾਂਦੀ ਜਦੋਂ ਤੈਨੂੰ ਫੋਨ ਕਰਿਆ, ਉੱਠੀ ਨੀ ਹੈਗਾ। ਜਾਣ ਕੇ ਨਾ ਪਿਆ ਹੋਵੇ ਤੇ ਤੂੰ ਮੇਰੀ ਮੈਂ ਹੁਣ ਖਾਈ ਗਈ ਆਂ, ਹਲਾ ਹਲਾ ਕੇ ਉੱਠੀ ਨੀ। ਨਾ ਤੇਰੀ ਗੁੱਤਨੀ ਪੱਟ ਦੂ ਇਹ। ਨਹੀਂ ਕਿਧਰੇ ਪੱਟਦਾ ਹੈਗਾ ਗੁੱਤਨੀ, ਸੱਚ ਜਦ ਤੂੰ ਦਿਨੇ ਆ ਕੇ ਗਿਆਗਾ ਉਦੋਂ ਤਾਂ ਮੈਂ ਫਸੀ ਗਈ ਸੀ ਜਮਾ। ਖੜਾ ਸੁਣੀ ਜਾਂਦਾ ਸੀ ਖੜਾ ਗੱਲਾਂ ਇਹ ਆਪਣੀਆਂ, ਇਹ ਤਾਂ ਮੈਂ ਉੱਥੇ ਹੈ ਨਹੀਂ ਸੀਗਾ। ਹੈਗਾ ਸੀ, ਇੱਧਰ ਖੜਾ ਸੀ, ਕੂਲਰ ਵੀ ਨਹੀਂ ਲੁਕਿਆ। ਤੈਨੂੰ ਦੇਖ ਲੈ ਜਾਂ ਤੈਨੂੰ, ਮੈਂ ਤਾਂ ਮਸਾਂ ਗੱਲ ਟਾਲੀ ਆ। ਮੈਂ ਇਹਨੂੰ ਐਂ ਕਹਿਤਾ ਹਰ ਕੇ, ਮੈਂ ਆਪਣੀ ਮੋਟਰ ਖਰਾਬ ਹੋਈ ਪਈ ਸੀ, ਮੈਂ ਤਾਂ ਫੋਨ ਕਰਿਆ ਸੀ, ਮੈਂ ਕਿਹਾ ਤਾਂ ਉਹ ਸਿੱਧਾ ਮੇਰੇ ਕੋਲੇ ਆ ਗਿਆ। ਕਹਿੰਦਾ ਆਏ ਜੇ ਤਾਂ ਕਰੀ ਜਾਂਦੇ ਸੀ, ਭੱਜ ਭੱਜ ਗਿਆ, ਭੱਜ ਚੱਲਦੇ ਆ, ਭੱਜ ਚੱਲਦੇ ਆ। ਮੈਂ ਕਿਹਾ ਨਾ, ਉਹ ਤਾਂ ਮੈਂ ਖਾਏ ਕਹਿੰਦੇ ਸੀਗੇ ਵੀ ਭੱਜ ਲਿਆ ਕਰ। ਮੈਂ ਕਿਹਾ ਮੋਟੀ ਹੋਈ ਰਹੀ, ਮੈਂ ਖਾਏ ਮੈਨੂੰ ਰਾਏ ਦਿੰਦਾ ਸੀ ਉਹ। ਬੜਾ ਸਾਰੀਆਂ ਗੱਲਾਂ ਸੁਣ ਲਈਆਂ ਨੇ ਤਾਂ ਵਧੀਆ ਰਹਿ ਗਿਆ। ਸ਼ੱਕ ਤਾਂ ਨਹੀਂ ਹੋਇਆ? ਸ਼ੱਕ ਨਹੀਂ ਹੋਇਆ, ਤਾਂ ਹੀ ਮੈਂ ਤੈਨੂੰ ਕਹਿ ਦਿੰਦਾ ਯਾਰ ਵੀ ਭੱਜ ਚੱਲਦੇ ਆ। ਉਹ ਕੀ ਲੈਣਾ, ਭੱਜ ਕੇ ਫਸ ਗਏ ਤਾਂ ਨਿਰ ਤਾਂ ਤੇਰੀ ਗੁੱਤਨੀ ਪੱਟੂ, ਮੇਰੀਆਂ ਲੱਤਾਂ ਤੋੜ ਦੂ ਇਹ। ਇਹਦਾ ਕੀ ਪਤਾ ਪੀ ਕੇ ਸ਼ਰਾਬ ਦੀ ਬੋਤਲ ਸਾਡੇ ਘਰੇ ਆ ਕੇ ਕੀ ਪਤਾ ਕੀ ਗੰਦ ਪਾਉ। ਸ਼ਰਾਬ ਦੀ ਬੋਤਲ ਪੀ ਕੇ ਲੱਤਾਂ ਤੇ ਖੜਾ ਹੋ ਜਾਂਦਾ, ਪੈਰਾਂ ਤੇ ਤੇ ਪਾ। ਓਏ ਜਦੋਂ ਉਦੋਂ ਤਾਂ ਬੜਾ ਕੁਝ ਹੋ ਜੂ ਇਥੋਂ, ਕੁਛ ਨਹੀਂ ਹੁੰਦਾ। ਜੇ ਮੈਨੂੰ ਕੁਛ ਕਰਤਾ ਨਾ ਮੈਂ ਵਿਆਹ ਜੁਗਰਾ ਰਹਿਣਾ, ਮੈਂ ਤਾਂ ਕਿਸੇ ਜੋਗਾ ਨਹੀਂ ਰਹਿਣਾ। ਅੱਛਾ, ਵਿਆਹ ਜੁਗਰਾ ਨਹੀਂ ਰਹਿਣਾ ਤੇ ਇਧਰ ਇਧਰ ਤਾਂ ਨਹੀਂ ਆ ਵੀ ਹਨਾ, ਮੈਂ ਵਿਆਹ ਕਰਵਾ ਲਾਂ ਹੋਰ। ਤਾਂ ਹੁਣ ਵਿਆਹ ਕਰਾਉਂਗੀ, ਹੁਣ ਮੈਂ ਛੜਾ ਤਾਂ ਨਹੀਂ ਮਾਰਨਾ ਯਾਰ। ਅੱਛਾ, ਜੇ ਤੇ ਮੇਰੇ ਨਾਲ ਭੱਜੇਗਾ ਫੇਰ ਮੇਰੇ ਨਾਲ ਹੀ ਵਿਆਹ ਕਰਵਾਏਗਾ ਨਾ? ਫੇਰ ਤਾਂ ਗੱਲ ਹੋਰ ਆ, ਤੂੰ ਤਾਂ ਕਹਿਣੀ ਆ ਭੱਜ ਕੇ ਕੀ ਕਰਾਉਣਾ, ਫਿਰ ਐਂ ਕੀ ਜ਼ਿੰਦਗੀ ਨਿਕਲਦੀ ਹੁਣੇ ਭਾਈ ਚੱਲਦੇ ਆਪਾਂ। ਐਂ ਲੋਕ ਲੱਗ ਕੇ ਨਹੀਂ ਜ਼ਿੰਦਗੀ ਨਿਕਲਦੀ, ਐਂ ਤਾਂ ਫਿਰ ਫੜੇ ਜਾਵਾਂਗੇ ਇੱਕ ਦਿਨ। ਨਹੀਂ ਫੜੇ ਜਾਂਦੇ, ਕਿਉਂ ਟੈਨਸ਼ਨ ਲੈਣਾ? ਜਦ ਹੁਣ ਤਾਂ ਜਦੋਂ ਸ਼ਰਾਮ ਫੜ ਲਿਆ ਸੀ ਇਹਨੇ, ਉਹ ਤਾਂ ਚੱਲ ਇੱਕ ਵਾਰੀ ਤਾਂ ਤੂੰ ਗੱਲ ਸੰਭਾਲ ਲਈ, ਤੋਂ ਬਾਅਦ ਤਾਂ ਇਹਨੂੰ ਵੱਧ ਵੱਧ ਸ਼ੱਕ ਹੋਊਗੀ। ਉਹ ਤਾਂ ਮੈਂ ਇਹਨੂੰ ਕਹਿਤਾ, ਮੈਂ ਆਖਾਂ ਤੂੰ ਤਾਂ ਨਸ਼ੇ 'ਚ ਮੁਦਿਆ ਰਹਿਣਾਗਾ, ਤੈਨੂੰ ਕੀ, ਮੈਂ ਕਿਹਾ ਸੁੱਤ ਰਹਿੰਦੀ ਆ ਕਿ ਜੇ ਕੋਈ ਕੰਮ ਧੰਦਾ ਹੁੰਦਾ ਮੈਂ ਇਸੇ ਨੂੰ ਸਾਥ ਦੇਵਾਂਗੀ। ਚੰਗਾ ਕਹਿੰਦਾ, ਮੈਂ ਕਿਹਾ ਤੂੰ ਸ਼ੱਕ ਕਰਦਾ ਮੇਰੇ ਤੇ? ਨਾ ਸ਼ੱਕ ਤਾਂ ਨਹੀਂ ਕਹਿੰਦਾ, ਮੈਂ ਕਰਦਾ। ਐਂ ਤੈਨੂੰ ਯਕੀਨ ਹੈਗਾ, ਸ਼ੱਕ ਥੋੜੀ ਕਰਦਾ ਹੈਗਾ। ਸਾਰਾ ਮੂਡ ਤਾਂ ਖਰਾਬ ਕਰਤਾ ਮੈਂ ਤਾਂ, ਐਂ ਕਿਉਂ ਮੂਡ ਖਰਾਬ ਕਰਤਾ? ਵੀ ਵਧੀਆ ਕੋਈ ਗੱਲਾਂ ਬਾਤਾਂ ਕਰ ਲਾਂਗੇ, ਆਹ ਪ੍ਰਾਹੁਣੇ ਨੂੰ ਆਪਦੇ ਨੂੰ ਖਾਹੂ ਨੂੰ ਪਾ ਕੇ ਬਹਿ ਬੈਠਾ ਤੇ। ਮੈਂ ਕਿਹੜਾ ਇਹਨੂੰ ਐਂ ਕਿਹਾ ਵੀ ਆ ਜਾ ਮੇਰੇ ਨਾਲ ਪੈ ਜਾ ਬੈਠਾ ਤੇ, ਪਹਿਲੀ ਪੈ ਗਾ ਜੀ ਪਈ ਪੇ ਦਿੰਦੀ ਨੂੰ ਪੜਨ ਨਾ ਦੇ ਕਾ, ਤੂੰ ਬਹਾਨਾ ਲਾ ਦੇ ਤੂੰ ਕਹਿੰਦੇ ਮੈਂ ਨਹੀਂ ਦਾਰੂਆਂ ਜਾਂ ਤੇ ਪੈ ਦਿੰਦੀ ਐ। ਉੱਠਿਆ ਨਹੀਂ ਮੈਂ ਤਾਂ, ਕਦੋਂ ਉਠਾਈ ਜਾਂਦੀ ਆ ਮੈਂ, ਕੀ ਕਰਾਂ ਹੁਣ? ਨਹੀਂ ਐ ਸਿਰੇ ਚਾ ਬੈਡ ਤੇ ਆ ਜਾ ਯਾਰ, ਦੂਜੇ ਕਮਰੇ ਚਲੀ ਗਈ, ਦੂਜੇ ਕਮਰੇ ਚ ਬਹਿ ਜਾ। ਚਲ ਹਾਂ, ਇਹ ਕਿਹੜਾ ਫਿਰ ਹੁਣ ਉੱਠਦਾ? ਉੱਠਦਾ ਤਾਂ ਹੈ ਨਹੀਂ, ਕੀ ਪਤਾ ਲੱਗਦਾ। ਫਿਰ ਹੁਣ ਮੈਂ ਇਹਦਾ ਦੱਸ ਕੀ ਕਰਾਂ, ਕੋਈ ਗੱਲ ਨਹੀਂ, ਪੈ ਗਿਆ ਤਾਂ ਪੈ ਗਿਆ, ਤੂੰ ਕਾ ਟੈਨਸ਼ਨ ਲੈਣਾ ਦਾ ਕੋਈ ਗੱਲ ਨਹੀਂ। ਥੋੜੀ ਫਿਰ ਆਪਾਂ ਉੱਧਰ ਦੇ ਦੇਖ ਦੁੱਖ ਲੈਨੇ ਯਾਰ, ਉਧਰ ਭਾਵੇਂ ਚੱਲਦੇ ਆ, ਐਂ ਤਾਂ ਕੁਛ ਨੀ ਹੋਣਾ ਇੱਥੇ। ਕੋਈ ਗੱਲ ਨੀ, 10 ਮਿੰਟ ਗੱਲਾਂ ਤਾਂ ਕਰ ਲਾ ਬੈ ਕੇ, ਫਿਰ ਪੈ ਜੀ ਉਧਰ ਪੈਣੇ ਹੀ ਆ, ਸਾਰੀ ਰਾਤ ਹੀ ਪਈ ਆਪਣੇ ਕੋਲੇ। ਚੱਲ ਰਾਤ ਤਾਂ ਸਾਰੀ ਆਪਣੀ ਆ, ਆਪਣੀ ਹੈਗੀ, ਕਿਉਂ ਟੈਨਸ਼ਨ ਲੈਣਾ? ਇਹਨੇ ਕਿਹੜਾ ਉੱਠਣਾ ਗਾ, ਭੂਖ ਪਿਆ ਗਾ ਸੁੱਤੇ ਨੂੰ। ਮੈਨੂੰ ਡਰ ਆ ਜਿਹੜਾ ਬੰਦੇ ਦਾ, ਉਹ ਡਰ ਡਰ ਹੀ ਰਹਿੰਦਾ ਗਾ। ਤੈਨੂੰ ਬੜਾ ਡਰ ਲੱਗਦਾ,
ਤੂੰ ਮੈਨੂੰ ਨਹੀਂ ਡਰ ਲੱਗਦਾ ਵਾ? ਤੂੰ ਮੈਨੂੰ ਤਾਂ ਪਤਾ ਤੇਰਾ ਤਾਂ ਗੱਲਾਂ ਚ ਲਾ ਲੇਗੀ ਤੂੰ, ਮੇਰਾ ਕੀ ਬਣੂਗਾ ਉਹ ਪਿੱਛੋਂ? ਉਹ ਤੂੰ ਪਾਈ ਨੀ ਅਜੇ, ਕੀ ਕਰੀ ਜਾਨੀ ਆ? ਕੀ ਹੋ ਗਿਆ? ਕੁਛ ਨੀ, ਮੈਂ ਤਾਂ ਫੋਨ ਦੇਖੀ ਜਾਂਦੀ ਸੀ। ਹਾਂ ਫੋਨ ਚਲਾਈ ਜਾਨੀ ਆ ਮੈਂ। ਅੱਛਾ, ਆ ਕਾਲਾ ਕਾਲਾ ਆ ਕੀ ਐ ਇੱਥੇ? ਕੁਛ ਨੀ, ਇਹ ਤਾਂ ਮੰਜਾ ਖੜਾ ਕਰਿਆ ਹੋਇਆ, ਉਹਦਾ ਮੰਜੇ ਦਾ ਕੱਪੜਾ ਹੈਗਾ, ਸੌਂ ਗਿਆ। ਤੂੰ ਕੀ ਕਹਿੰਦੀ ਸੀ? ਤੂੰ ਤਾਂ ਕਹਿੰਦੀ ਸੀ ਇਹਨੂੰ ਸੁਰਤ ਨੀ ਹੈਗੀ, ਸੁਰਤ ਨੀ ਹੈਗੀ। ਜਮਾ ਮਰ ਪਾਏਗੀ ਮੈਨੂੰ। ਨਹੀਂ ਮੈਂ ਤਾਂ ਸੰਭਾਲਣੀ ਨਾ, ਕਿਉਂ ਟੈਨਸ਼ਨ ਲੈਣਾ? ਮੈਂ ਤਾਂ ਫੋਨ ਦੇਖੀ ਜਾਂਦੀ ਹਾਂ। ਫੋਨ ਦੇਖੀ ਜਾਂਦੀ ਕਿ ਪਤਾ ਤਾਂ ਲੱਗ ਗਿਆ ਸੀ ਉਹਨੂੰ, ਆਹ ਕਾਲਾ ਕਾਲਾ ਕੀ ਆ? ਦੇਖ ਦੇਖ ਪਾਸਾ ਵੀ ਦੋ ਘੰਟੇ ਚਲਾਈ ਤਾ ਹੈਗਾ, ਡੱਕਿਆ ਪਿਆ ਗਾ ਫਿਰ ਹੁਣ ਕਰੀਏ ਕੀ ਇਹਦਾ? ਚੱਲ ਯਾਰ ਉਧਰ ਚੱਲ ਪਾ, ਤੜਕੇ ਨੂੰ ਮੇਰੇ ਗੱਲ ਤੇ ਹੋਈ। ਚੱਲ ਚੰਗਾ ਉਧਰ ਪੈ ਜਾਂਦੇ ਆਪਾਂ। ਅੱਜ ਦਾ ਚਕਾਈ ਨੀ ਉਹਨਾਂ ਦੀ, ਬੰਬੀ ਦਾ ਪਾਣੀ, ਮੋਟਰ ਖਰਾਬ ਹੋ ਗਈ, ਮਸਾ ਮਿਲਿਆ ਮੌਕਾ ਇਹੋ ਜਿਹਾ ਪਾਣੀ ਚਕਾਉਣਾ, ਮੁੜ ਕੇ ਖਰਾਬ ਨਹੀਂ ਹੁੰਦੀ ਬੰਬੀ, ਫੋਕ ਫੋਕ ਕੇ ਸਮਾਰ ਘਰੇ ਹੈਗਾ ਗਾ ਯਾਰ ਚਿੱਠੀ। ਉਹ ਕਰੀਓ ਬਾਈ ਨੀਂਦ ਦਾ ਸਾਲੇ ਦਾ ਕੋਈ ਨਹੀਂ ਗਾ। ਹਾਂਜੀ ਕਰੀ ਆ ਬਈ। ਅੱਛਾ ਮੈਂ ਆ ਮਿਸਤਰੀ ਬਾਈ। ਮਿਸਤਰੀ ਕੀ ਖਰਾਬ ਹੋ ਗਿਆ? ਸਾਡੇ ਮੋਟਰ ਖਰਾਬ ਹੋ ਰਹੀ ਹੋਈ। ਕਿਹੜੀ ਮੋਟਰ? ਪਾਣੀ ਵਾਲੀ। ਅੱਛਾ ਪਾਣੀ ਨਹੀਂ ਚੱਕਦੀ? ਪਾਣੀ ਚੱਕਦੀ ਵੀ, ਦੋਨੇ ਮੋਟਰਾਂ ਖਰਾਬ ਨੇ, ਨਾਲ ਤਾਂ ਮੂਰਲੀ ਖਰਾਬ ਆ ਨਾਲ ਮਗਰਲੀ। ਅੱਛਾ ਹੁਣ ਪਹਿਲਾਂ ਕਿਹੜੀ ਠੀਕ ਕਰਾਂ, ਮੂਰਲੀ ਕੋ ਪਿਛਲੀ? ਉਹ ਤੁਹਾਡੀ ਮਰਜ਼ੀ ਆ ਗਈ, ਤੁਸੀਂ ਤਾਂ ਮੈਨੂੰ ਕਿਸੇ ਪਾਸੇ ਪਰ ਮਿਸਤਰੀ ਤਾਂ ਤੁਸੀਂ ਲੱਗ ਨਹੀਂ ਰਹੇ, ਤੁਹਾਡੇ ਕੋਲ ਤਾਂ ਕੁਝ ਦਿੰਦੇ ਹੀ ਨਹੀਂ। ਓਹੋ ਆ ਨਹੀਂ ਦਿੰਦਾ, ਆ ਕੀ ਆ? ਅੱਛਾ ਪੇਚਕਸ। ਮੈਂ ਕਿਹਾ ਕਿਤੇ ਪਿੰਨ ਟੰਗਿਆ ਹੋਇਆ। ਆ ਕੀ ਆ? ਇਹ ਤਾਰ ਕੱਟਣ ਵਾਸਤੇ। ਅੱਛਾ ਮੈਂ ਇਹਦਾ ਲੋਡ ਪੈ ਜਾਂਦਾ ਨਾ, ਇਹ ਤਾਰ ਤੂਰ ਕੱਟਣੀ ਪੈ ਜਾਂਦੀ ਜੋਰ ਜਾ। ਮੈਂ ਕਿਤੇ ਨਾਈ ਨੂੰ ਲੱਗਦੇ ਹੋ ਕਿ ਜਿਹੜਾ? ਨਾ ਨਾ ਅੱਜ ਪੇ ਕਾ ਸਾ। ਅੱਛਾ ਜੇਬਾਂ ਚ ਸਮਾਨ ਇੱਕ ਕਾ ਸੀ, ਝੋਲਾ ਤਾਂ ਜੇਬਾਂ ਚ ਆ, ਬਹੁਤ ਤਗੜੀ ਚੀਜ਼ ਹੈ। ਇਹ ਤੇ ਕੀ ਕਰਾਉਣੇ ਹੁੰਦੇ ਹੈ? ਇਹਦੇ ਨਾਲ ਕੀ ਕਰਦੇ ਹੁੰਦੇ ਹੋ? ਇਹੀ ਤਾਂ ਕੰਮ ਦੀ ਚੀਜ਼ ਹੈਗੀ। ਅੱਛਾ ਹਾਂ ਹੁਣ ਦੱਸ ਫਿਰ ਕਿਹੜੀ ਖਰਾਬ ਆ? ਹੁਣ ਤੁਸੀਂ ਦੇਖ ਲਓ ਵੀ ਕਿਹੜੀ ਠੀਕ ਆ। ਨਾਲ ਜੇ ਰਹਿ ਪਈ ਆ ਫਿਰ ਤੈਨੂੰ ਵੀ ਪਤਾ ਲੱਗੂ ਨਾ ਕੀ ਨੁਕਸਾਨ ਹੈ, ਇਹ ਤੇ ਦੇਖਾਂ ਮੈਂ। ਹਾਂ ਇਹ ਦੇਖ ਲਓ ਮਾੜਾ ਜਿਹਾ ਦੇਖ ਕੇ, ਤੁਹਾਡੇ ਕੋਲ ਸੰਦ ਸੰਦੇੜਾ ਤਾਂ ਕੋਈ ਹੈ ਨਹੀਂ ਕਿਤੇ। ਆ ਤੈਨੂੰ ਸੰਦ ਨਹੀਂ ਦਿੰਦੇ, ਹੋਰ ਮੈਂ ਕਿ ਟਰੱਕ ਚ ਲਿਆਵਾਂ? ਟਰੰਕ ਚ ਨਹੀਂ, ਮੈਂ ਟਰੱਕ ਚ ਮਾੜਾ ਦੇਖ ਕੇ ਵੀ ਮੈਂ ਸੋਚ ਹੈ ਨਹੀਂ, ਸਾਡੇ ਟਰੱਕ ਤੇ ਤਾਰਾਂ ਲੱਗੀਆਂ ਹੋਈਆਂ ਨੇ। ਕੋਈ ਨਾ, ਆ ਪਰਾਵਾ ਟੁੱਟੀ ਪਈ ਆ ਤੇਰੀ। ਟੁੱਟੀ ਪਈ ਆ ਕਰੰਟ ਮਾਰਦੀ ਹੈ? ਮੈਂ ਕਹੀ ਜਾਂਦੀ ਆ ਬਈ ਮਾੜਾ ਦੇਖ ਕੇ ਤਾਰਾਂ ਸਿੱਧੀਆਂ ਲੱਗੀਆਂ ਹੋਈਆਂ। ਤੇਰੀ ਤਾਂ ਮੋਟਰ ਪਰੋਂ ਮੱਚ ਗਈ। ਹਾਏ ਸਾਡਾ ਤਾਂ ਪਾਣੀ ਵੀ ਨਹੀਂ ਸਰਨਾ ਹੈਗਾ। ਪਾਣੀ ਤਾਂ ਮੈਂ ਕਢਾ ਦੂੰਗਾ, ਇਹ ਨਾਲ ਤਾਂ ਮੈਨੂੰ ਹੈਗਾ ਤਜਰਬਾ। ਤੇ ਜੇ ਮੋਟਰੇ ਨਾਲ ਲੋਟ ਹੋਈ ਪਾਣੀ ਕੀ ਰੱਬਕ ਤੋਂ ਡਿੱਗੂ? ਤੈਨੂੰ ਪਾਣੀ ਚਾਹੀਦਾ? ਹਾਂ ਮੈਨੂੰ ਤਾਂ ਪਾਣੀ ਤੱਕਰ ਦੇ ਮਤਲਬ ਆ ਬਸ। ਅੱਖਾਂ ਵੀ ਚੋਣੀ ਆ ਇੱਥੇ, ਤੂੰ ਕਰੰਟ ਨਾਲ ਲਾ ਕੇ ਡਿੱਗ ਜਾਏਗਾ, ਮੈਂ ਅੱਖਾਂ ਵਿੱਚ ਕੀ ਕਰੂੰ? ਅੱਖਾਂ ਵਿੱਚ ਹੋਰ
ਇਹਨਾਂ ਨੂੰ ਕੀ ਪਤਾ ਲੱਗਦਾ ਸੱਜਣਿਆਂ ਨੇ ਆਹ ਸੁੱਚੀ ਜਮਾ ਉਹ ਕਰੀ ਪਈ ਹੈ ਵੀ ਦੁਕੇ ਨਾ ਆ ਹੋ ਗਈ ਭਰਾਵਾ ਠੀਕ ਅੱਖਾਂ ਮੀਚ ਕੇ ਰੱਖੀ ਆਏ ਤਾਂ ਮੈਂ ਨਹੀਂ ਹੋ ਜਾਊਂਗਾ ਅੱਖਾਂ ਤੋਂ ਦੱਸ ਦੇ ਕੌਣ ਆ ਮੈਂ ਭਰਾਵਾ ਕਿਤੇ ਡਿੱਗ ਤਾਂ ਨਹੀਂ ਪਿਆ ਹੈ ਜਿਉਣੀ ਆ ਆ ਲੈ ਚਲਾ ਕੇ ਦੇਖ ਲੈ ਤੇਰੀ ਮੋਟਰ ਜਾਂ ਮੌਕੇ ਦੀ ਰਿਪੋਰਟ ਕਰ ਖੋਲ ਲੈ ਅੱਖਾਂ ਖੋਲ ਲਾ ਖੋਲ ਲਾ ਚੱਲ ਪੀ ਤੇਰੀ ਮੋਟਰ ਚਲਾ ਲਾ ਹੋ ਗਿਆ ਮਾੜੀ ਜੀ ਚੱਲ ਪੀ ਉਹ ਖੜਦਾ ਚਲਾਉਣਾਗਾ 2 ਮਿੰਟ ਸਾਵਰਤਾ ਕਰ ਲਾ ਮੈਨੂੰ ਲੱਗਦਾ ਮੈਨੂੰ ਅੱਖਾਂ ਨਾ ਮਿੱਟ ਵਿੱਚ ਪੈਣ ਦੁਬਾਰੇ ਕਿਤੇ ਖੜਦਾ ਚੱਲ ਪੀ ਚੱਲੀ ਨਹੀਂ ਬਈ ਬਸ ਕਿਹੜਾ ਮਿਸਤਰੀਆਂ ਮੈਨੂੰ ਤਾਂ ਨਹੀਂ ਲੱਗਦਾ ਮੋਟਰ ਪਾਣੀ ਚੱਕੂਗੀ ਚੱਕੂਗੀ ਹਾਂ 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 ਚੱਕ ਲੈ ਕਿਉਂ ਮੰਨਦੀ ਹੈ ਪ੍ਰੈਸ਼ਰ ਘੱਟ ਆ ਨਾ ਫੁੱਕੀਆਂ ਜਿਹਾ ਤਾਂ ਲਈ ਜਾਂਦੀ ਹੈ ਹੈਂ ਫੁੱਕੀਆਂ ਜਿਹਾ ਵਾਲਾ ਲਈ ਜਾਂਦੀ ਹੈ ਤਾਂ ਤੈਨੂੰ ਭਰਨਾ ਨਹੀਂ ਆਉਂਦਾ ਪਾਣੀ ਓਹ ਪਾਣੀ ਨਹੀਂ ਭਰਨਾ ਆਉਂਦਾ ਲੈ ਦੇਖ ਲੈ ਮੋਟਰ ਤੇਰੀ ਚੱਲਦੀ ਕਰਤੀ ਤਾਂ ਹੋਰ ਰਸ ਕੀ ਲੈਣਾ ਚੱਲ ਧੰਨਵਾਦ ਤੇਰਾ ਹੁਣ ਦੂਜੀ ਵੀ ਚਲਾ ਦੇ ਬਈ ਦੂਜੀ ਵੀ ਚਲਾਵਾਂ ਔਰ ਉਹ ਟੂਟੀ ਵਾਲੀ ਫਿਰ ਉਹ ਵੀ ਖਰਾਬ ਹੋ ਗਈ ਆ ਜਾ ਫਿਰ ਕੋਲੇ ਚੰਗਾ ਉਧਰ ਸੁੱਚ ਬੰਦ ਕਰਕੇ ਆਇਓ ਹੁਣ ਫਿਰ ਮੈਂ ਨੌਕਰ ਥੋੜੀ ਰੱਖਿਆਗਾ ਤੇਰਾ ਬਈ ਬਣ ਕੇ ਹੁਣ ਘਰੇ ਵੀ ਨਹੀਂ ਕੋਈ ਹੈਗਾ ਪਾਣੀ ਚਿੱਕੜ ਹੋਊਗਾ ਫਿਰ ਇਹ ਤਾਂ ਗਲਤ ਗੱਲ ਹੈਗੀ ਲੱਗਦਾ ਤਾਂ ਮਿਸਤਰੀ ਲੋਲਾ ਜਾ ਸੀ ਕਰਦਾ ਹਾਂ ਹਾਂ ਬਈ ਕਰ ਦੋ ਯਾਰ ਇੱਕ ਮੋਟਰ ਤਾਂ ਲੋਟ ਹੋ ਗਈ ਚੰਗਾ ਬਈ ਆ ਜਾਓ ਹਾਂ ਇੱਧਰ ਨਹੀਂ ਬਈ ਹੋਰ ਇੱਧਰ ਤੇ ਕੋਈ ਗੱਲ ਨਹੀਂ ਉੱਤੋਂ ਦੀ ਆ ਜਾਓ ਕਿਹੜੀ ਖਰਾਬ ਐ ਸਿਰਫ 2 ਨੇਗੀਆਂ ਆਹੀ ਆ ਬਈ ਟੂਟੀ ਵਾਲੀ ਆ ਇਹ ਪਾਣੀ ਨਹੀਂ ਚੱਕਦੀ ਇਹ ਵੀ ਉਹ ਤਾਂ ਦੂਜੀ ਸੀ ਆਮ ਲੱਗੀ ਸੀ ਘਰੇ ਮੈਨੂੰ ਲੱਗਦਾ ਤੁਸੀਂ ਜਮਾਨ ਟੱਟੂ ਦੇ ਇਨਸਾਨ ਹੀ ਹੋ ਲੋਲੇ ਹੋਗੇ ਹਨਾ ਇਹ ਕੀ ਗੱਲ ਹੋ ਗਈ ਰਾਹ ਜੋੜ ਟੁੱਟਿਆ ਪਿਆ ਤੈਨੂੰ ਜੀਣਾ ਨਹੀਂ ਹੈਗਾ ਇਹ ਜੋੜ ਵੀ ਨਹੀਂ ਲਾ ਸਕਦੇ ਤੁਸੀਂ ਤੇ ਜੋੜ ਹੁਣ ਮਿਸਤਰੀ ਲਾਊਗਾ ਅਸੀਂ ਜੋੜ ਲਾ ਕੇ ਮਾਰਨਾ ਬੰਦ ਕਰਕੇ ਲਾ ਦੇ ਬੰਦ ਕਰਕੇ ਆਏ ਤਾਂ ਹੁਣ ਤਾਰਾਂ ਕੱਢ ਕੇ ਹੁੰਦੀਆਂ ਨੇ ਇਹ ਤਾਂ ਜੋੜ ਲੱਗ ਗਿਆ ਇਹ ਵੀ ਚੱਲ ਵੀ ਸਮਝ ਲਾ ਪਹਿਲਾਂ ਲਾਤਾ ਦੋ ਜੋੜ ਇਹ ਉਹ ਚਲਾਤੀ ਇਹ ਵੀ ਚਲਾ ਦੂੰ ਤੂੰ ਐ ਕਰ ਹੁਣ ਮੈਨੂੰ ਚਾਹ ਪਾਣੀ ਤਾਂ ਪਿਆ ਦੇ ਫਿਰ ਅੱਛਾ ਚਾਹ ਪਾਣੀ ਪੀਨੇ ਹੁਣ ਲੈ ਤੂੰ ਤਾਂ ਜਮੀਨ ਧੱਕਾ ਕਰੀ ਜਾਂਦੀ ਚੰਗਾ ਚੰਗਾ ਨਹੀਂ ਮੈਂ ਤਾਂ ਮਜ਼ਾਕ ਕਰ ਰਹੀ ਸੀ ਚੱਲ ਕੋਈ ਨਹੀਂ ਲਿਆ ਮੈਂ ਚਾਹ ਬਣਾ ਕੇ ਮੈਂ ਅੰਦਰ ਹੀ ਬਹਿ ਜਾਣਾ ਤੂੰ ਐਸੇ ਬਿਆਹੀ ਹੋਈ ਐ ਤੇ ਕੁਮਾਰੀਆਂ ਤੈਨੂੰ ਤੈਨੂੰ ਕਿਹੜੇ ਪਾਸੇ ਕੁਮਾਰੀ ਲੱਗਦੀਆਂ ਬਿਆਹੀ ਹੋਈ ਹੈਗੀ ਅੱਛਾ ਬਿਆਹੀ ਹੋਈ ਆ ਬਹੂਆਂ ਹਾਂ ਚਲ ਆ ਜਾ ਫਿਰ ਚਲ ਚੰਗਾ ਤੁਸੀਂ ਆ ਠੀਕ ਕਰ ਦੋ ਮੈਨੂੰ ਚਾਹ ਮੈਂ ਕਰ ਦਾਂਗਾ ਚਲ ਕੋਈ ਗੱਲ ਚਲ ਆ ਜਾ ਠੀਕ ਕਰਕੇ ਅੱਗੇ ਤੁਸੀਂ ਕੰਮ ਆ ਗਿਆ ਆ ਗਿਆ ਇਹਦਾ ਕਰਤੀ ਲੋਟ ਬਈ ਕਰ ਵੀ ਇਹ ਲੋਟ ਹੋਰ ਚੱਲ ਪੀ ਤੇਰੀ ਮੋਟਰ ਅੱਛਾ ਆ ਲੋ ਚਾਹ ਫਿਰ ਹੁਣ ਪਾਣੀ ਦੇਖੀ ਦੇ ਲੈ ਪਾਣੀ ਪਾਣੀ ਹੋ ਜਾਊਗਾ ਚਲ ਧੰਨਵਾਦ ਤੁਹਾਡਾ ਆ ਜਾ ਬਈ ਆ ਨਾ ਤੁਸੀਂ ਚਾਹ ਪੀ ਲਓ ਕੋਈ ਗੱਲ ਨਹੀਂ ਮੇਰੇ ਤਾਂ ਕੰਮ ਬਹੁਤ ਪੈ ਨੇ ਕਿ ਪਾਣੀ ਹੈ ਨਹੀਂ ਸੀ ਨਾ ਘਰੇ ਸਾਰੇ ਕੰਮ ਪਿਆ ਝਾੜੂ ਪੋਚਾ ਤਾਂ ਪਿਆ ਮੇਰੇ ਤਾਂ ਕਰਨਾ ਤੇ ਗਾਹ ਕੱਪੜੇ ਧੋਣ ਵਾਲੇ ਪਿਆ ਭਾਂਡਿਆਂ ਦਾ ਢੇਰ ਲੱਗਿਆ ਪਿਆ ਕੀ ਦੱਸਾਂ ਪਾਣੀ ਬਿਨਾ ਤਾਂ ਬਾਲੇ ਔਖੇ ਸੀ ਮੈਂ ਬਹਿ ਜਾ ਹੁਣ ਤਾਂ ਪਾਣੀ ਆ ਗਿਆ ਚਲ ਕੋਈ ਗੱਲ ਨਹੀਂ ਚੰਗਾ ਚਾਹ ਪੀ ਲਓ ਤੁਸੀਂ ਬਹਿ ਜਾ ਤੂੰ ਨਹੀਂ ਪੀਂਦੀ ਨਾ ਹੁਣ ਤਾਂ ਗਰਮੀ ਵਾਲੀ ਹੈਗੀ ਮੈਂ ਕਿੱਥੋਂ ਚਾਹ ਪੀਣੀ ਮੈਂ ਤਾਂ ਕੰਮ ਹੀ ਨਿਪਟ ਜਾਣਾ ਉਹੀ ਬਹੁਤ ਤੈਂ ਮੈਰਿਜ ਲਵ ਕਰਾਈ ਸੀ ਤੇ ਕਿਵੇਂ ਜੇ ਕੁਛ ਕਰਾਈ ਸੀ ਬੇ ਭਾਈ ਨਾ ਹੀ ਪੁੱਛ ਤੇਰੇ ਦੀ ਮਰਜ਼ੀ ਹੈਗੀ ਬੁੱਢਾ ਪਾਲ ਕੇ ਦੇ ਤਾਂ 55 ਸਾਲ ਦਾ ਮੇਰੇ ਤਾਂ ਪੇਕਿਆ ਨੇ ਮੈਂ ਤਾਂ ਬਾਹਲੀ ਨਜਾਇਜ਼ ਦੁਖੀ ਹੈਗੀ ਇੱਥੇ ਪੂਰਾ ਚੱਜਦਾ ਨਹੀਂ ਹੈਗਾ ਜੇ ਤੂੰ ਉਹਨੂੰ ਦੇਖ ਲੈ ਤੂੰ ਤਾਂ ਇਹ ਆਖੇ ਇਹ ਤੇਰਾ ਘਰ ਵਾਲਾ ਤੇ ਤੇਰਾ ਸਹੁਰਾ ਐ ਸੋਚੇਗਾ ਤੂੰ ਤਾਂ ਦੇਖ ਕੇ ਅੱਛਾ ਇਹ ਤਾਂ ਇੱਕ ਬਸ ਪੇਕਿਆਂ ਦੇ ਮੂੰਹ ਨੂੰ ਚੁੱਪ ਕਰੀ ਬੈਠੀਆਂ ਬਸ ਕੱਲੀ ਇਹਦੀ ਅੱਛਾ ਭਈ ਇਹ ਤਾਂ ਔਖੀ ਵਾਲੀ ਆ ਫਿਰ ਬਸ ਫਿਰ ਹੁਣ ਕੀ ਕਰੀ ਗਿਆ ਮਾਂ ਪਿਓ ਨੇ ਜਿੱਥੇ ਵਿਆਹ ਤਾਂ ਦਿਨ ਕੱਟਣਾ ਸੌਖੀ ਕਰਦਾ ਨੇ ਆ ਉਹ ਕਿਵੇਂ ਆ ਜਾ ਕਿਨੂੰ ਲਈ ਬੈਠੀ ਆ ਆ ਕੌਣ ਆ ਦੇਖ ਇਹ ਮੇਰੇ ਘਰ ਵਾਲਾ ਹੈ ਇਹ ਹੈਗਾ ਹਾਂ ਇਹ ਕਿਉਂ ਮੈਨੂੰ ਕੀ ਹੋਇਆ ਕਿੱਥੇ ਤੂੰ ਕਿੱਥੇ
ਉਹ ਇਉਂ ਹੀ ਲੱਗਦੀ ਆ ਤੈਨੂੰ ਦੇਖਣ ਨੂੰ, ਕਿਉਂ 40-45 ਸਾਲ ਦਾ ਹੁੰਦੀ ਹੈ ਬੰਬੀ ਚੋ ਪਾਣੀ ਕੱਢ ਦਾਂਗਾ। ਪਾਣੀ ਕੱਢਿਆ ਹੈਗਾ ਕਿਹੜੀ ਬੰਬੀ ਚੋ ਜਿਹੜੀ ਖਰਾਬ ਹੋ ਰਹੀ ਹੈ? ਪਾਣੀ ਨੀ ਕੱਢਿਆ ਹੈਗਾ ਇੱਕ ਕਿਹੜੀ ਹੋ ਗਈ ਖਰਾਬ? ਮੈਨੂੰ ਨਾਲੇ ਮੋਰਲੀ ਹੋ ਰਹੀ ਨਾਲੇ ਪਿਛਲੀ ਹੋ ਰਹੀ ਸੀ, ਦੋਨੇ ਹੋ ਗਈ। ਹੋਰ ਜੇ ਤੈਨੂੰ ਸੁਰਤ ਹੋ ਗਈ ਫੇਰ ਹੀ ਆ, ਇੱਕ ਜੇ ਤਾਂ ਕੱਢਤਾ ਉਹ ਦੋਨਾਂ ਜੀ ਕੱਢਤਾ, ਮੈਂ ਛੱਡ ਦਾਂਗਾ। ਚੱਲ ਧੰਨਵਾਦ ਤੇਰੇ। ਹੋਰ ਤੇ ਤੋ ਪਾਣੀ ਨੀ ਕੱਢਿਆ ਗਿਆ ਯਾਰ, ਇੰਨੇ ਮਾੜੇ ਮੋਟੇ ਨਿੱਕੇ ਜੇ ਕੰਮ ਸੀਗੇ। ਕਿੰਨੇ ਪੈਸੇ ਪੂਸੇ ਬਣ ਗਏ? ਪੈਸੇ ਤਾਂ ਚੱਲ ਕਰ ਲੈ, ਇਹਨੂੰ ਦੱਸਦਾ ਮੈਂ ਕਿਤੇ ਤੇ ਫੇਰ ਲੈ, ਫੇਰ ਲੈ ਜੀ ਮੈਂ ਫੇਰ ਲੈ ਜੀ ਮਿਸਤਰੀ ਨੂੰ ਤਾਂ ਹੈ ਨੀ ਪਤਾ ਲੋੜ ਕਿਹੜੇ ਵੇਲੇ ਪੈ ਜਾਏ, ਕੋਈ ਫੇਰ ਸੱਦਣਾ ਹੈ ਨੀ ਪਤਾ ਕਿਹੜੀ ਮੋਟਰ ਖਰਾਬ ਹੋ ਜੇ, ਕੋਈ ਪਤਾ ਨਹੀਂ ਵੀ ਕਿਹੜੀ ਖੜ ਜਾਏ। ਆ ਜੰਤਰ ਜਾ ਲੈ ਲੈ, ਚੱਕ ਨਹੀਂ ਫੱਟੇ ਕੁਛ ਨਹੀਂ ਹੁੰਦਾ ਹੈ। ਚੱਲ ਫਿਰ ਮੈਂ ਪੈਸੇ ਫੇਰ ਲੈ ਕੇ ਜਾਊਂਗਾ। ਕੋਈ ਗੱਲ ਨੀ ਫੇਰ ਲੈ ਜਾਓ, ਕੋਈ ਨੀ ਨਾਲੇ ਚਾਹ ਪੀ ਲਈ। ਚੰਗਾ ਕੋਈ ਗੱਲ ਨੀ, ਕੋਈ ਧੰਨਵਾਦ ਤੇਰਾ। ਇੱਥੋਂ ਸੀ ਲੈ ਲਾ ਲੈ, ਆਪਾਂ ਤਾਂ ਉਹੀ ਫਿਰਦੇ ਸੀ ਮੋਟਰਾਂ ਸਮਾਰਦੇ, ਸੋਹਣੀ ਤਾਂ ਬਾਲੀ ਜਾਏਗੀ, ਆਉਣੀ ਜਾਣੀ ਕਰਨੀ ਪਊਗੀ। ਐਵੇਂ ਬੁੜੇ ਜੇ ਨੂੰ ਵਿਆਹ ਤੇ ਕਰਦੇ ਹਾਂ ਕੋਈ ਹੱਲ, ਕੋਈ ਨੀ ਪਰਸੋਂ ਨੂੰ ਆਉਣੇ।